छोटे साहिबजादों का शहीदी दिवस को समर्पित विश्व भर में डॉट छोटे साहिबजादों के बलिदान को याद कर शहीदी पूर्व पर धार्मिक समागमों का आयोजन किया जा रहा है। छोटे साहिबजादों का शहीदी दिवस को समर्पित सीनियर कांग्रेसी नेता कुलदीप सिंह, पत्नी कौंसिलर मनजीत कौर के परिवार की ओर से धार्मिक समागम श्री अखंड साहिब का पाठ रखवाए गए। आयोजित धार्मिक समागम में जहाँ कांग्रेसी विधायक राणा गुरजीत सिंह के साथ राजनीतिक, धार्मिक व सामाजिक पार्टियों के सीनियर नेताओं ने आयोजित श्री अखंड साहिब पाठ के भोग पर आशीर्वाद प्राप्त किया। ਜਿਹੜਾ ਅਖੰਡ ਪਾਠ ਸਾਹਿਬ ਦਾ ਭੋਗ ਸਰਦਾਰ ਕੁਲਦੀਪ ਸਿੰਘ ਜੀ ਦੇ ਨਿਵਾਸ ਸਥਾਨ 'ਤੇ ਪਿਆ ਵਾ ਅਤੇ ਸਾਡੇ ਭੈਣ ਜੀ ਮਨਜੀਤ ਕੌਰ ਜੀ ਐੱਮ ਸੀ ਜੀ ਅਤੇ ਇਹਦੇ ਵਿੱਚ ਬਹੁਤ ਸਾਰੀ ਜਿਹੜੀ ਰਾਜਨੀਤਿਕ ਸ਼ਖਸੀਅਤਾਂ ਨੇ ਹਿੱਸਾ ਲਿਆ ਅਤੇ ਮਹਾਰਾਜ ਦੇ ਸਾਹਮਣੇ ਨਤਮਸਤਕ ਹੋਏ ਨੇ। ਇਹ ਜਿਹੜੇ ਪਾਠ ਦੇ ਭੋਗ ਅਸੀਂ ਕਰਾਏ ਗਏ ਨੇ ਸਾਡੇ ਛੋਟੇ ਸਾਡੇ ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ 'ਤੇ ਕਰਾਏ ਗਏ ਨੇ ਅਤੇ ਉਹਨਾਂ ਲਈ ਅਸੀਂ ਕੁਲਦੀਪ ਸਿੰਘ ਜੀ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜਿਹੜੇ ਸਮਾਜ ਨੂੰ ਇਹ ਸੰਦੇਸ਼ ਦਿੰਦੇ ਆ ਕਿ ਇਹ ਸ਼ਹੀਦੀ ਦਿਵਸ ਯਾਦ ਕਰਨ ਦਾ ਇੱਕ ਤਰੀਕਾ ਆਪਣਾ। ਸ਼ਹੀਦੀ ਦਿਹਾੜੇ ਨੂੰ ਯਾਦ ਕਰਦਿਆਂ ਹੋਇਆਂ ਸਾਡੇ ਸਰਦਾਰ ਕੁਲਦੀਪ ਸਿੰਘ ਜੀ ਅਤੇ ਉਹਨਾਂ ਦੀ ਧਰਮ ਪਤਨੀ ਮਨਜੀਤ ਕੌਰ ਜੀ ਜੋ ਐੱਮ ਸੀ ਨੇ ਉਹਨਾਂ ਦੇ ਸਮੁੱਚੇ ਪਰਿਵਾਰ ਵੱਲੋਂ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ ਨੇ ਅਤੇ ਗੁਰੂ ਮਹਾਰਾਜ ਨੂੰ ਯਾਦ ਕਰਦਿਆਂ ਹੋਇਆਂ ਉਹਨਾਂ ਨੂੰ ਸਮਰਪਿਤ ਪਾਠ ਕਰਵਾਏ ਗਏ ਆ। ਉਹਦੇ ਵਿੱਚ ਅੱਜ ਸਮੁੱਚੇ ਸ਼ਹਿਰ ਦੇ ਬਹੁਤ ਹੀ ਧਾਰਮਿਕ ਅਤੇ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦੇ ਇੱਥੇ ਪਹੁੰਚੇ ਨੇ ਅਤੇ ਕੱਲ੍ਹ ਰਾਣਾ ਗੁਰਜੀਤ ਸਿੰਘ ਜੀ ਹਲਕਾ ਵਿਧਾਇਕ ਉਹ ਵੀ ਇੱਥੇ ਨਤਮਸਤਕ ਹੋ ਕੇ ਗੁਰੂ ਚਰਨਾਂ ਦੇ ਵਿੱਚ ਹਾਜ਼ਰੀ ਲਵਾ ਕੇ ਗਏ ਨੇ। ਸੋ ਸਮੁੱਚੀ ਸੰਗਤ ਵੱਲੋਂ ਅੱਜ ਯਾਦ ਕੀਤਾ ਗਿਆ ਇਸ ਦਿਹਾੜੇ ਸੰਬੰਧ ਦੇ ਵਿੱਚ। Subscribe to our YouTube channel News DNN by clicking the bell icon. Don't forget to like, comment and share.